पंजाबी दे मशहूर गायक ते अदाकार दलजीत दोसांझ दी फिल्म पंजाब 95 ते मुड़ तो कट लगे ने। सेंसर बोर्ड ने पंजाब 95 ते मुड़ तो कैंची चलाई है। सेंसर बोर्ड ने इस फिल्म दे विचों 120 सीन हटवा दिते ने। फिल्म दे नाम ते भी एतराज जताया सेंसर बोर्ड ने। इस तो पहला बोर्ड ने 85 कट इस फिल्म दे विच लगाए सी। 85 सीन्स कट्टे गए सी इस फिल्म दे विचों। जसवंत सिंह खालड़ा ते ये फिल्म आधारित है। कई सीन्स दे विच तब्दीलियां करन दे लई सेंसर बोर्ड दे वल्लों कहा गया ते हुण 120 सीन होर इस फिल्म दे विचों कट्टे गए। वैसे खबर से ज्यादा जानकारी देंगे मेरे सहयोगी गुरप्रीत डैनी साडे नाल फोन लाइन से जुड़ चुके ने। गुरप्रीत जी, जिस तरीके नाल सेंसर बोर्ड की कैंची एक बार मुड़ तो दोसांझ वाले की नवी फिल्म पंजाब 95 ते लगी है, केड़े-केड़े जड़े है इहदे विच की इशूज जड़े है इस फिल्म नूं लैके बनाए गए, इस संबंधी जरूर जानकारी दिओ। इतिहास दर्शाउंदियां फिल्मां बनदियां ते उहदे उत्ते आपत्ति जिताउंदे आ, जां हुण इहदे विच फिल्म दे विच जिहड़े गुरबाणी दे सीन आ जां कनेडा अमेरिका रेफरेंस दे सीन आ ਉਹ ਹਟਾਉਣ ਦੀ ਮੰਗ ਜਿਹੜੀ ਹੈ ਕੀਤੀ ਜਾ ਰਹੀ। 120 ਸੀਨ ਜਿਹੜੇ ਆ ਟੋਟਲ ਹੈ ਉਹ ਕਹਿੰਦੇ ਕੱਟੇ ਜਾਣ। ਔਰ ਫਿਲਮ ਦਾ ਜਿਹੜਾ ਟਾਈਟਲ ਹੈ ਪੰਜਾਬ 95, ਕਿਉਂਕਿ 95 ਦੇ ਵਿੱਚ ਦਸਾਂਤ ਸਿੰਘ ਖਾਲੜਾ ਲਾਪਤਾ ਹੋ ਜਾਂਦੇ ਨੇ ਔਰ ਦਸਾਂਤ ਸਿੰਘ ਖਾਲੜਾ 80 ਅਤੇ 90 ਦੇ ਦਹਾਕੇ ਦੇ ਵਿੱਚ ਜਿਹੜੇ ਨੌਜਵਾਨ ਨੇ ਕਤਲ ਕਰ ਦਿੱਤਾ ਗਿਆ ਸੀਗਾ ਉਹਨਾਂ ਨੇ ਸ਼ਮਸ਼ਾਨ ਘਾਟ ਦੇ ਵਿੱਚ ਉਹਨੇ ਸੰਸਕਾਰ ਕੀਤੇ। ਔਰ ਜਦੋਂ ਡਾਟਾ ਨਸ਼ਰ ਹੋਇਆ, ਉਹ ਡਾਟਾ ਨਸ਼ਰ ਹੋਣ ਤੋਂ ਬਾਅਦ ਜੋ 95 ਦੇ ਸੰਨ ਦੇ ਵਿੱਚ ਉਹ ਜਿਹੜਾ ਲਾਪਤਾ ਲਾਸ਼ਾਂ ਦਾ ਵਾਰਸ ਸੀਗਾ ਜਾਂ ਮਸੀਹਾ ਸੀਗਾ, ਔਰ ਉਹ ਹੀ ਲਾਪਤਾ ਹੋ ਜਾਂਦਾ ਤਾਂ ਵੱਡੇ ਸਵਾਲ ਇੱਥੇ ਖੜੇ ਹੁੰਦੇ ਨੇ। ਜੀ, ਜੇਕਰ ਗੱਲ ਕੀਤੀ ਜਾਵੇ ਕਿ ਹੁਣ ਸੈਂਸਰ ਬੋਰਡ ਨੇ ਇਸ ਫਿਲਮ ਦੇ ਨਾਮ ਦੇ ਉੱਤੇ ਵੀ ਇਤਰਾਜ਼ ਜਤਾਇਆ ਹੈ ਕਿ ਇਹਦਾ ਫਿਲਮ ਦਾ ਨਾਮ ਵੀ ਚੇਂਜ ਕਰ ਦੇਣਾ ਚਾਹੀਦਾ ਹੈ, ਉਸ ਮਾਮਲੇ ਦੇ ਵਿੱਚ ਲੱਗਦਾ ਹੈ ਕਿ ਇਹ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਫਿਲਮ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਅਮਿਤੋਜਮਾਨ ਹੁਣਾਂ ਨੇ ਫਿਲਮ ਹਵਾਏ ਬਣਾਈ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਉੱਤੇ ਵੀ ਆਪੱਤੀ ਜਤਾਈ ਸੀ ਵੀ ਤੁਸੀਂ ਗਲਾਂ 'ਚ ਟਾਇਰ ਪਾ ਕੇ ਦਿਖਾ ਰਹੇ ਹੋ ਜਾਂ ਇਹ ਲੋਕਾਂ ਨੂੰ ਨਾ ਭੀੜ ਭੜਕ ਜੂਗੀ। ਪਰ ਜੋ ਇਤਿਹਾਸ ਦੇ ਪਿੱਛੇ ਵਾਪਰਿਆ ਹੁੰਦਾ, ਜੋ ਉਹਨੂੰ ਦਿਖਾਉਣਾ ਜਾਂ ਉਹਨੂੰ ਦੱਸਣਾ ਵੀ ਇਹ ਸਾਡੇ ਇਤਿਹਾਸ ਦੇ ਵਿੱਚ ਹੋਇਆ, ਤੇ ਉਹ ਮੈਨੂੰ ਨਹੀਂ ਲੱਗਦਾ ਵੀ ਕਿਤੇ ਉਹ ਗਲਤ ਹੈਗਾ, ਕਿਉਂਕਿ ਜਿਹੜੀ ਚੀਜ਼ ਵਾਪਰੀ ਆ ਔਰ ਪੰਜਾਬ ਦੀ ਧਰਤੀ 'ਤੇ ਵਾਪਰੀ ਆ ਔਰ ਫਿਲਮ ਦੇ ਵਿੱਚ ਉਹੀ ਦਰਸਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਆ। ਪਰ 120 ਸੀਨ ਕੱਟ ਦੇਣੇ, ਗੁਰਬਾਣੀ ਦੇ ਸੀਨ ਕੱਟ ਦੇਣੇ, ਕਿਉਂਕਿ ਫਿਲਮ ਦੇ ਨਾਲ ਨਿਆਤ ਨਹੀਂ ਹੋ ਸਕਦਾ। ਠੀਕ ਹੈ, ਸ਼ੁਕਰੀਆ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਸੋ ਦੱਸ ਦਈਏ ਕਿ ਫਿਲਮ ਪੰਜਾਬ 95 ਤੇ ਸੈਂਸਰ ਬੋਰਡ ਦੀ ਕੈਂਚੀ ਚੱਲੀ ਹੈ। ਦਲਜੀਤ ਦੋਸਾਂਝ ਇਸ ਫਿਲਮ ਦੇ ਵਿੱਚ ਜੋ ਮੇਨ ਜਿਹੜੇ ਅਦਾਕਾਰ ਉਹ ਰੋਲ ਨਿਭਾ ਰਹੇ ਨੇ, ਉਹਨਾਂ ਦੀ ਫਿਲਮ ਦੇ ਵਿੱਚੋਂ ਮੁੜ ਤੋਂ ਸੀਨਸ ਹਟਾਏ ਗਏ ਨੇ। ਪਹਿਲਾਂ ਵੀ 85 ਸੀਨ ਦੱਸਿਆ ਜਾ ਰਿਹਾ ਕਿ ਸੈਂਸਰ ਬੋਰਡ ਨੇ ਉਹਨਾਂ 'ਤੇ ਕੈਂਚੀ ਚਲਾਈ ਸੀ ਅਤੇ ਹੁਣ ਇਸ ਫਿਲਮ ਦੇ ਵਿੱਚੋਂ 120 ਸੀਨ ਹਟਾ ਦਿੱਤੇ ਗਏ ਨੇ। ਸੋ ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹਦੇ ਵਿੱਚ ਸੈਂਸਰ ਬੋਰਡ ਦੀ ਜਿਹੜੀ ਹੈ ਉਹ ਕੈਂਚੀ ਚੱਲਦੀ ਹੋਈ ਨਜ਼ਰ ਆਈ ਹੈ। ਇੱਥੋਂ ਤੱਕ ਕਿ ਸੈਂਸਰ ਬੋਰਡ ਨੇ ਇਸ ਫਿਲਮ ਦੇ ਨਾਮ 'ਤੇ ਵੀ ਇਤਰਾਜ਼ ਜਤਾਇਆ, ਇਸ ਫਿਲਮ ਦਾ ਨਾਮ ਬਦਲਣ ਦੇ ਲਈ ਵੀ ਕਿਹਾ ਗਿਆ ਹੈ। ਸੋ ਪ੍ਰੋਡਿਊਸਰ ਡਾਇਰੈਕਟਰਸ ਜੋ ਇਸ ਫਿਲਮ ਦੇ ਨੇ ਉਹਨਾਂ ਨੂੰ ਇਹ ਜਿਹੜੇ ਕਿਹਾ ਗਿਆ ਸੈਂਸਰ ਬੋਰਡ ਦੇ ਵੱਲੋਂ ਨੋਟਿਸ ਵੀ ਭੇਜਿਆ ਗਿਆ। ਸੈਂਸਰ ਬੋਰਡ ਨੇ 120 ਸੀਨ ਇਸ ਫਿਲਮ ਦੇ ਵਿੱਚੋਂ ਹਟਵਾ ਦਿੱਤੇ ਨੇ। ਪੰਜਾਬ 95 ਤੇ ਮੁੜ ਤੋਂ ਸੈਂਸਰ ਬੋਰਡ ਦੀ ਕੈਂਚੀ ਚੱਲੀ।